ਕਿਸੇ ਘੈਂਟ ਬੰਦੇ ਨੇ ਕਿਹਾ ਕਿ ਤੁਹਾਡੀ ਜ਼ਿੰਦਗੀ ਦੇ 93% ਫੈਸਲੇ ਤੁਹਾਡੇ ਆਲੇ ਦੁਆਲੇ ਦੇ ਲੋਕ ਕਰਦੇ। ਛੋਟੇ ਹੁੰਦੇ ਕਹਿੰਦੇ ਹੁੰਦੇ ਸੀ, ਪੁੱਤ ਲੜੀਦਾ ਨਹੀਂ ਹੁੰਦਾ, ਪਿਆਰ ਨਾ ਰਹੋ। ਤੇ ਜਦੋਂ ਪਿਆਰ ਹੋਇਆ ਉਦੋਂ ਇਹੀ ਲੋਕ ਕਹਿੰਦੇ, ਕਿਉਂ ਲੜਨ ਵਾਲੇ ਕੰਮ ਕਰਦਾ, ਸਮਝ ਨਹੀਂ ਆਉਂਦੀ ਯਾਰ ਮੈਂ ਕੀ ਕਰਾਂ। ਮੈਂ ਕਿਤੇ ਪਿਆਰ 'ਚ ਪਾਗਲ ਤਾਂ ਨਾ ਹੋ ਜਾਊਂ, ਫਿਰ ਲੋਕ ਮੇਰੇ ਇੱਟਾਂ ਮਾਰਨਗੇ, ਜਾਂ ਫਿਰ ਮੈਂ ਸਾਧ ਬਣ ਜਾਊਂ, ਫਿਰ ਡੇਰੇ 'ਚ ਦਾਸੀਆਂ ਆਉਣਗੀਆਂ, ਫਿਰ ਮੇਰਾ ਚੰਚਲ ਮਨ ਤਿਲਕ ਜੂ, ਫਿਰ ਪੁਲਿਸ, ਪਰਚਾ, ਆਸ, ਮੀਡੀਆ, ਜੇਲ੍ਹ, ਗੋਲੀ।